ਪਹਿਲੇ ਜਮਾਨੇ ਹੁੰਦੇ ਸੀ ਸੱਸਾਂ ਨੇ ਨਾ ਕਦੇ ਨੂੰ ਹਾ ਨੂੰ ਕਹਿ ਦੇਣਾ ਕੁਛ ਘੂਰ ਦੇਣਾ ਆਪਦੀ ਪੜਾਹਸ ਕੱਢ ਲੈਣੀ ਗੁੱਸੇ ਦੀ ਕਦੇ ਭਣੇ ਨਿਆਣੇ ਕੁੱਟ ਸਿੱਟਣੇ ਤੇ ਕਦੇ ਨਾ ਥਾਪੀ ਲੈ ਕੇ ਬਹਿ ਜਾਣਾ ਕੱਪੜੇ ਕੁੱਟਣ ਆਪਦਾ ਗੁੱਸਾ ਕਸਾ ਕੱਢ ਲੈਣਾ ਨਾਲੇ ਤਾਂ ਕੱਪੜੇ ਨਿਖਰ ਜਾਂਦੇ ਸੀ ਨਾਲੇ ਗੁੱਸਾ ਨਿਕਲ ਜਾਂਦਾ ਸੀ ਹੈ ਹੁਣ ਨਾ ਤਾਂ ਬਾਹਰਲੇ ਦੇਸਾਂ 'ਚ ਥਾਪੀ ਆ ਇੱਥੇ ਵੀ ਬੰਦਾ ਚਾਰ ਕੱਪੜੇ ਕੁੱਟ ਲਵੇ ਹੈ ਨਾ ਨਾ ਤਾਂ ਬੰਵਾਂ ਨੂੰ ਕੁਛ ਕਹਿਣ ਜੋਗੇ ਨਾ ਇੱਥੇ ਨਿਆਣਿਆਂ ਨੂੰ ਕੁਛ ਕਹਿਣ ਦਿੰਦੀਆਂ ਨੇ ਹੈ ਬੰਦਾ ਕਰੇ ਕੀ ਕਿੱਧਰ ਨੂੰ ਜਾਵੇ ਹੁਣ ਜੇ ਕੰਧ 'ਚ ਟੱਕਰ ਮਾਰਦੇ ਆ ਉਹ ਵੀ ਇਹਨਾਂ ਨੂੰ ਮਹਿੰਗੀ ਪੈਂਦੀ ਆ ਹੈ ਕਿੱਧਰ ਨੂੰ ਜਾਵੇ ਬੰਦਾ ਬੜੇ ਔਖੇ ਹੋਏ ਪਏ ਆ ਸੱਚੀ ਕੁਛ ਨਹੀਂ ਬਸ ਗੋਲ ਪਣੇ ਜੇ ਕਰੀ ਚੱਲੋ ਇਹਨਾਂ ਦੇ ਮੂਰੇ ਕੰਮ ਕਰੀ ਜਾਂਦੇ ਆ ਹੈ ਸਾਰੀ ਦਿਹਾੜੀ ਇਹਨਾਂ ਦੀ ਸ਼ਾਪਿੰਗ ਨਹੀਂ ਮੁੱਕਦੀ ਦੇ ਜਾਂਦੀਆਂ ਨੇ ਸਟੋਰਾਂ ਚ ਉਧਰ ਨੂੰ ਤੁਰ ਪੈਂਦੀਆਂ ਨੇ ਪਤਾ ਨਹੀਂ ਕਿਹੜੇ ਕੰਮ ਨੇ ਇਹਨਾਂ ਦੇ ਜਿਹੜੇ ਨਿਭੜਦੇ ਹੀ ਨਹੀਂ ਸਾਰੀ ਦਿਹਾੜੀ ਸੋਚਦੇ ਹੁੰਦੇ ਸੀ ਵੀ ਚੱਲ ਔਖੇ ਸਭ ਕੇ ਟਾਈਮ ਕੱਢ ਲੈਨੇ ਆ ਹੈ ਕੱਲ ਨੂੰ ਨਵੇਂ ਹਾਂ ਤੋਂ ਸੇਵਾ ਕਰਾਵਾਂਗੇ ਸਾਡੀ ਵੇਰੀ ਤਾਂ ਨਾ ਰੱਬ ਨੇ ਟ੍ਰੈਂਡ ਹੀ ਚੇਂਜ ਕਰਤਾ ਪਤਾ ਨਹੀਂ ਰੱਬਾ ਸਾਡੀ ਵੇਰੀ ਕਿਉਂ ਰੰਗ ਮੁੱਕਿਆ ਕਾ ਤੋ ਤੂੰ ਚੀਜ਼ ਕਰਤਾ ਰੱਬਾ ਟ੍ਰੈਂਡ ਨੂੰ ਥੋੜਾ ਜਿਹਾ ਲੇਟ ਕਰ ਦਿੰਦਾ ਹੈ ਚੱਲ ਅਸੀਂ ਵੀ ਸੇਵਾ ਸੁਭਾ ਕਰ ਆ ਜਾਂਦੇ ਹਾਂ ਬੜੇ ਔਖੇ ਹੋਏ ਪਏ ਆ ਸੱਚੀ ਕਿੱਧਰ ਨੂੰ ਜਾਵੇ ਬੰਦਾ ਨਾ ਤਾਂ ਕੁਝ ਕਹਿ ਸਕੀਏ ਨਾ ਕੁਝ ਬੋਲ ਸਕੀਏ ਹੈ ਹਏ ਆ ਗਿਆ ਫੋਨਾ ਆ ਗਿਆ ਫੋਨਾ ਹੈਲੋ ਹਾਂ ਬੱਤ ਬਸ ਦਾੜ ਤਰੀ ਹੋਈ ਹੈ ਹਾਂ ਹੋ ਗਈ ਤੇ ਰੈਸਟੋਰਾਂ ਦੀ ਸ਼ਾਪਿੰਗ ਹੋ ਗਈ ਸੀ ਹਾਂ ਬਸ ਧਣੀਆਂ ਕਰੀ ਜਾਣੀਆਂ ਮੈਂ ਕਿਹ ਚੱਲ ਧਣੀਆਂ ਪਾ ਦਿਆਂ ਮੇਰੇ ਪੁੱਤ ਨੂੰ ਹੈ ਹਾਂ ਰੋਟੀ ਲਾ ਦੇ ਆ ਫਿਰ ਅੱਛਾ ਆਈ ਤੇ ਲਾਵਾਂ ਘਰ ਖਾਏਗੀ ਚੱਲ ਠੀਕ ਹੈ ਹੈ ਆਈ ਤੇ ਲਾ ਦੂੰਗੀ ਫਤ ਬਸ ਮੈਂ ਤਾਂ ਕਰ ਹੀ ਜਾਂਦੀ ਸੀ ਤੇਰੇ ਵਾਸਤੇ ਹਾਂ ਚੱਲ ਠੀਕ ਆ ਹੈ ਬਸ ਆਹੀ ਗੋਲਪਣੇ ਕਰਨ ਨੂੰ ਰਹੇਗੀ ਸਾਡੀ ਤਾਂ ਜ਼ਿੰਦਗੀ ਹਾਂ ਇਨੀ ਕੁਸ ਇੱਥੇ ਵਾ